ਅਸਲਾਮੁਅਲੈਕਮ, ਕੀ ਹਾਲ ਹੈ? ਠੀਕ ਹੋ ਸਾਰੇ ਭਰਾ? ਵਧੀਆ ਹੋਵੋਗੇ। ਅਤੇ ਕਾਫ਼ੀ ਦਿਨਾਂ ਤੋਂ ਵਲੋਗ ਨਹੀਂ ਬਣਾ ਰਿਹਾ, ਅਤੇ ਗਲੀ ਸਜਾ ਰਹੇ ਹਾਂ ਤਾਂ ਨਹੀਂ ਬਣਾ ਰਹੇ। ਅਤੇ ਆਹ ਵੇਖੋ ਜੀ, ਗਲੀ ਹਜੇ ਥੋੜ੍ਹੀ ਬਹੁਤ ਸਜਾ ਲਈ ਹੈ, ਚੈੱਕ ਕਰੋ। ਸਾਹਮਣੇ ਫਰੰਟ ਤੋਂ ਵੀ ਸਜਾ ਲਈ ਹੈ, ਇੱਧਰੋਂ ਵੀ। ਆਈ ਅੱਗੂ ਰਹਿੰਦੀ ਹੈ, ਆਈ ਅੱਗੂ ਰਹਿੰਦੀ ਹੈ, ਉਹ ਬਾਅਦ 'ਚ ਉੱਥੇ ਸਜਾਵਾਂਗੇ। ਸ਼ਾਮ ਟਾਈਮ ਉਹ ਵੀ ਤਾਂ ਨਹਾਵਾਂਗੇ। ਅਤੇ ਇਹ ਖਲੋਕ ਦੰਦੀਆਂ ਕੱਢਣ ਦੇ ਨੇ ਸਾਡੇ ਮਹਿਰ ਸਾਹਿਬ। ਇਹ ਆ ਸਾਡੇ ਸਮੀ ਸਾਹਿਬ ਜੀ, ਇਹ ਵੀ ਸਾਡੇ ਨਾਲ ਲੱਗੇ ਹਨ। ਇਹ ਸਾਡੇ ਸਮੀ ਸਾਹਿਬ ਹਨ, ਇਹ ਵੀ ਲੱਗੇ ਹਨ। ਇਹ ਸਾਡੇ ਮੁਲਬੜੇ ਸਾਹਿਬ, ਬਹੁਤੀ ਮਿਹਨਤ। ਇਹ ਡੋਂਗੇਰੀ ਕਾਲੀ ਕਦੀ ਪਾਲੀ ਕਦੀ ਲਾਲੀ। ਅੱਛਾ ਜੀ, ਯਾਰ ਗਾਣਾ ਸ਼ਾਣਾ ਬਹੁਤ ਕੱਢ ਰਹੇ ਨੇ, ਅਤੇ ਅਸੀਂ ਪਰਾਂ ਹੀ ਰਹਿੰਦੇ ਹਾਂ। ਤੁਹਾਨੂੰ ਫਰੰਟ ਤੋਂ ਲੁੱਕ ਵਹਾਨਾ, ਕੀ ਲੁੱਕ ਹੈ ਫਰੰਟ ਤੋਂ? ਆਹ ਵਹਾਨੇ ਆ, ਫਰੰਟ ਲੁੱਕ ਵਹਾਨੇ ਆ। ਝੰਡਾ ਲਾਇਆ 12 ਰਬੀ ਉਲਾ, ਸੋਹਣਾ ਲੱਗਣ ਦਿਆ ਕਿ ਨਹੀਂ ਕਮੈਂਟਾਂ 'ਚ ਜ਼ਰੂਰ ਦੱਸਿਓ। ਲਓ ਜੀ, ਗੱਡੀ ਤਾਂ ਪੂਰੀ ਨਹੀਂ ਸੱਜੀ, ਉਹ ਹੀ ਸਜਾਵਾਂਗੇ ਕੱਲ੍ਹ, ਕਿਉਂਕਿ ਅੱਜ ਲਾਈਟਾਂ ਸ਼ਾਟਾਂ ਲਾ ਲਾ ਪਏ ਹਾਂ। ਆਹ ਮੇਰੇ ਦੋਸਤਾਂ ਨੇ ਲਾਈਆਂ, ਸਮੀ ਸਾਹਿਬ ਨੇ ਆ ਚੈੱਕ, ਉਹ ਲਾਈਆਂ ਸਾਹਿਬ ਨੇ। ਅਤੇ ਆਹ ਸਮੀ ਸਮੀ ਚੈੱਕ ਕਰੋ, ਨਹਾ ਧੋ ਕੇ ਕੱਲ੍ਹ ਠੰਡ ਲੱਗ ਜਾਂਦੀ ਹੈ। ਅਤੇ ਇਹ ਤੁਹਾਨੂੰ ਸਹੀ ਰਾਤ ਨੂੰ ਵਹਾਨਾ, ਇਹ ਵੇਖੋ ਆਹ ਫਰੰਟ ਸਾਈਡ 'ਚ, ਫਰੰਟ ਸਾਈਡ ਧੋਣ ਅੱਗੂ ਤੁਹਾਨੂੰ ਵਹਾਈ ਜਾਂਦਾ ਹੈ, ਚੈੱਕ ਕਰੋ। ਇਹ ਚੀਜ਼ਾਂ ਲਾਈਆਂ ਨੇ ਸਾਰੀਆਂ, ਇਹ ਸਾਡੇ ਤੋਤੂ ਸਾਹਿਬ ਨੇ ਜਿਹੜੇ, ਉਹਨਾਂ ਨੇ ਕੀ ਕਹਿੰਦੇ ਨੇ ਲਾਈਆਂ ਲਾਈਟਾਂ, ਅਤੇ ਮੈਂ ਆਪਣੇ ਘਰ ਲਾਈਟਾਂ ਲਾਈਆਂ ਰੰਗ ਭਰੰਗੀਆਂ। ਬੱਚੇ ਰੌਲਾ ਬੜਾ ਪਾਉਂਦੇ ਨੇ, ਇਹ ਸਾਨੂੰ ਚੈੱਕ ਕਰੋ, ਮੈਂ ਲਾਈਟਾਂ ਲਾਈਆਂ ਨੇ। ਅਤੇ ਕੀ ਕਹਿੰਦੇ ਮੁਸੀ ਚਲੀ, ਹਰ ਟਾਈਮ ਮੁਸੀ 'ਚ ਹੀ ਹੁੰਦੇ ਨੇ। ਬਕਾਇਆ ਤੁਹਾਨੂੰ ਅੱਗੋਂ ਵਹਾਨਾ ਗਿਆ ਆ ਕੇ, ਜਿਹੜਾ ਅੱਗੋਂ ਸਮਾਨ ਜਿਹਨੂੰ ਲੱਗਣਾ ਆਵਾ ਕੇ ਚਲਾ। ਵੀ ਬੜੀ ਮਿਹਨਤ ਕਰੀ ਸੀ, ਸਾਰੇ ਕਹਿੰਦੇ ਨੇ ਬੜਾ ਆਸਾਨ। ਮੈਂ ਵੀ ਜਿਹਦੇ ਯੂਟਿਊਬਰ ਸਾਰੇ ਵੇਖਦਾ ਹਾਂ ਨਾ, ਉਦੋਂ ਮੈਂ ਵੀ ਕਹਿੰਦਾ ਹਾਂ ਕਿ ਕੀ ਕਹਿੰਦੇ ਨੇ ਬੜਾ ਆਸਾਨ ਹੈ, ਬੰਦਾ ਐਡਿਟ ਕਰੇਗਾ ਪਰਾ ਕਰ ਮਾਰੇਗਾ, ਪਰ ਉਹ ਬੜਾ ਮੁਸ਼ਕਿਲ ਦਾ ਕੰਮ ਹੈ ਜਿਹੜਾ ਯੂਟਿਊਬਰ ਦੀ ਹਿੰਮਤ ਹੈ। ਅਤੇ ਆ ਸਾਡੇ ਸਮੀ ਸਾਹਿਬ ਉਰਡੂ ਦੇ ਸ਼ੂਟਰ ਹੀ ਆ ਜੇ, ਅਤੇ ਕੀ ਕਹਿੰਦੇ ਨੇ ਅੱਗੇ ਤੁਸੀਂ ਗੱਲ ਸੁਣਵਾ ਹੀ ਜਾਓ। ਇਹ ਸਾਡੇ ਰੀਮਾ ਸਾਹਿਬ ਆ, ਸਭ ਤੋਂ ਬਹੁਤੀ ਮਿਹਨਤ ਇਹਨਾਂ ਨੇ ਕੀਤੀ ਹੈ, ਅਤੇ ਦੂਸਰੇ ਨੰਬਰ 'ਤੇ ਇਹ ਆਉਂਦੇ ਨੇ, ਅਤੇ ਪਹਿਲੇ ਨੰਬਰ 'ਤੇ ਮੈਂ ਆਉਂਦਾ ਵਾਂ। ਅਤੇ ਕੀ ਕਹਿੰਦੇ ਨੇ, ਆਹ ਗੁੱਸਾ ਲਾ ਕਰਨ ਲੱਗ ਪਿਆ, ਪਹਿਲੇ ਨੰਬਰ 'ਤੇ ਆ ਸਾਰ ਆਉਂਦੇ ਨੇ, ਆ ਜਿਹੜੇ ਨੇ ਦੂਜੇ ਨੰਬਰ 'ਤੇ ਤੁਸੀਂ ਪਹਿਲੇ ਦੇ, ਇਹ ਸਾਰੇ ਰੌਲੇ ਹੀ ਪਾਉਂਦੇ ਨੇ, ਚੀਜ਼ਾਂ ਸਾਡੀਆਂ ਸਾਰਿਆਂ ਨੇ ਖਰਾਬ ਕਰ ਦਿੱਤੀਆਂ। ਇਹ ਜੇ ਸਾਡੇ ਮੁਹੱਲੇ ਦੀ ਗੰਜ ਵਹਾ ਆਪਣੀ, ਲਾਜ ਦੱਸੋ ਦਾ ਕੋਈ, ਅਸੀਂ ਗਾਂਜਿਆਂ ਦੀ ਸਹੀ ਕਰ ਦਈਏ। ਅਤੇ ਇਸ ਟਾਈਮ ਹੂਮ ਕਰ ਰਿਹਾ ਜੀ ਸ਼ਵਾਰਮਾ ਖਾਣ ਦੇ ਦਿਲ 'ਤੇ ਆ, ਜਿਹੜੇ ਸਾਡੇ ਸਰ ਸਾਹਿਬ ਨੇ ਆ ਕਹਿੰਦੇ ਨੇ ਮੇਰਾ ਦਿਲ ਹੀ ਘੜ ਰਿਹਾ, ਸਾਡਾ ਦਿਲ ਹੀ ਘੜ ਰਿਹਾ, ਪਰ ਮੇਰਾ ਬਹੁਤ ਦਿਲ ਕਰ ਰਿਹਾ, ਅਤੇ ਫਿਰ ਮੈਂ ਇਕੱਲੇ ਡੋ ਗਿਆ, ਇਕੱਲੇ ਡਰ ਜਾ ਸਰ, ਮੇਰਾ ਬਹੁਤ ਦਿਲ ਕਰ ਰਿਹਾ ਸਾਈਡ ਜੋ ਇੱਥੇ ਹੁਣ ਜਿਹੜਾ ਨਾ ਅਸੀਂ ਤੋੜ ਤੱਕ ਐਂਡ ਤੱਕ ਲਾਉਣਾ, ਐਂਡ ਤੱਕ ਲਾਵਾਂਗੇ ਚੀਜ਼ਾਂ। ਇੱਥੇ ਸੂਤਰ ਬੰਨ ਲਿਆ ਨਜ਼ਰ ਆ ਲਿਆ ਤੁਹਾਨੂੰ, ਵੇਖੋ। ਅਤੇ ਹੁਣ ਇੱਥੇ ਸਮਾਨ ਲਾਉਣਾ ਸੈਂਟਰ 'ਚ, ਬੜੀ ਮਿਹਨਤ ਦਾ ਕੰਮ ਹੈ। ਅਸੀਂ ਕੀ ਕਹਿੰਦੇ ਨੇ ਪਹਿਲੇ ਲਾਈਆਂ ਹਨ, ਅਤੇ ਕੀ ਕਹਿੰਦੇ ਨੇ ਤੂਫਾਨ ਆ ਗਿਆ ਸੀ, ਫਿਰ ਕੀ ਕਹਿੰਦੇ ਨੇ ਸਾਰੀਆਂ ਫਿਰ ਦੁਬਾਰਾ ਤੋਂ ਖਰਾਬ ਹੋ ਗਈਆਂ ਹਨ, ਅਤੇ ਉਹ ਫਿਰ ਦੁਬਾਰਾ ਇੱਥੇ ਲਾਈਆਂ ਚੈੱਕ। ਅਤੇ ਇੱਥੇ ਹਾਲੀ ਜਗ੍ਹਾ, ਇੱਥੇ ਸੂਤਰ ਬੰਨ ਲਿਆ ਸੀ, ਬਾਂਸ ਲਾਇਆ ਇੱਥੇ, ਹੈਂ। ਅਤੇ ਉਹ ਸਾਹਮਣੇ ਇੰਨਾ ਹਨੇਰਾ, ਇੱਥੇ ਡਰ ਹੀ ਲੱਗਣ ਦਿਆ ਕੋਈ ਆ ਹੀ ਨਾ ਜਾਏ, ਇੱਥੇ ਵੀ ਨਹੀਂ ਕੋਈ ਹੈ। ਅਤੇ ਕੀ ਕਰਦੇ ਨੇ, ਕਾਫੀ ਜਿਹਨਾਂ 'ਚ ਮੈਂ ਵਲੋਗ ਵੀ ਬਣਾ ਰਿਹਾ, ਦੇਖ ਰਿਹਾ ਕਿ ਸਾਰੇ ਮਤਲਬ ਵੀਡੀਓ ਵੇਖਦੇ ਨੇ, ਅਤੇ ਕੀ ਕਰਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ। ਵਿਊ ਤਾਂ ਮਾਸ਼ਾਅੱਲਾ ਚੰਗੇ ਆਉਂਦੇ ਨੇ, ਯਾਰ ਮਿਹਰਬਾਨੀ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਕੋਸ਼ਿਸ਼ ਕਰਾਂਗਾ ਡੇਲੀ ਵਲੋਗਿੰਗ ਕਰਾਂ, ਡੇਲੀ ਵਲੋਗਿੰਗ ਨਹੀਂ ਨਾ ਹੁੰਦੀ, ਉਹ ਫਿਰ ਵਲੋਗ ਬਣਾਓ ਸਾਰੀ ਦਿਹਾੜੀ, ਉਹਨੂੰ ਫਿਰ ਐਡਿਟ ਕਰੋ, ਭਾਵੇਂ 5 ਮਿੰਟ ਦਾ ਬਣਾਉਣਾ ਪਰ ਸਾਰੀ ਦਿਹਾੜੀ ਤਾਂ ਲੱਗ ਹੀ ਜਾਂਦੀ, ਫਿਰ ਉਹਨੂੰ ਐਡਿਟ ਕਰੋ, ਅਪਲੋਡ ਕਰੋ, ਸੱਚ ਨੈੱਟ ਦੀ ਪ੍ਰੋਬਲਮ ਹੈ, ਜਿਹਦੇ ਡੇਲੀ ਵਲੋਗਿੰਗ ਨਹੀਂ ਕਰ ਸਕਦਾ। ਇਹਨੂੰ ਕਿੰਨੀ ਤੇਜ਼ ਹਵਾ ਚੱਲਦੀ ਆ, ਸਾਰੀਆਂ ਹਿੱਲਾਂ ਦੀਆਂ, ਸਾਰੇ ਦੁਆ ਕਰਿਓ ਕਿ ਕੀ ਕਰਦੇ ਨੇ ਟੁੱਟਣ, ਬਸ ਹੋਰ ਹੈ ਰੇ, ਕੀ ਕਰਦੇ ਰਹੇ ਹੋਵੇ।
ਸਵੇਰੇ ਹੀ ਕਰਾਂਗੇ ਪਕਾਇਆ ਜਿਹੜਾ ਰਹਿ ਗਿਆ। ਮੀਨ ਕਰਨਾ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਹੈ, ਜੇ ਪਸੰਦ ਆਇਆ ਹੈ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਅੱਲਾ ਹਾਫਿਜ਼। ਤੁਸੀਂ ਸਰ ਕਿਉਂ ਹੱਸਦੇ ਹੋ ਹੈ ਹਾਈ।